ਹਾਂਜੀ ਅੰਕਲ ਜੀ, ਕੀ ਨਾਮ ਹੈ ਤੁਹਾਡਾ? ਅੱਜ ਗੁਰਪੁਰਬ ਸੀ, ਦਰਬਾਰ ਸਾਹਿਬ ਪਹੁੰਚਿਆ ਜੇ, ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਪਰਮਿੰਦਰ ਸਿੰਘ ਆ, ਮੈਂ ਅੰਮ੍ਰਿਤਸਰ ਤੋਂ ਹੀ ਹਾਂ ਅਤੇ ਅੱਜ ਸਾਡੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਸੀ। ਉਹ ਸੰਗਤਾਂ ਦਰਬਾਰ ਸਾਹਿਬ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬੜੀ ਸ਼ਰਧਾ ਭਾਵਨਾ ਮਨਾ ਰਹੀਆਂ ਨੇ ਅਤੇ ਦੂਰੋਂ ਦੂਰੋਂ ਸਾਰੀ ਦੁਨੀਆ ਤੋਂ ਆਲ ਵਰਲਡ ਤੋਂ ਸੰਗਤ ਇੱਥੇ ਆਈ ਹੈ, ਦਰਸ਼ਨ ਕਰਨ ਆਈ ਹੈ। ਔਰ ਰਹਿਰਾ ਸਾਹਿਬ ਉਪਰੰਤ ਅਤਿਸ਼ਬਾਜ਼ੀ ਕੀਤੀ ਗਈ ਹੈ, ਜਿਹੜੀ ਸਾਰੀ ਸੰਗਤ ਨੇ ਮਨਮੋਹਕ ਨਜ਼ਾਰਾ ਦਾ ਆਨੰਦ ਮਾਣਿਆ। ਬਾਕੀ ਸਭ ਸੰਗਤਾਂ ਨੂੰ ਵਧਾਈਆਂ, ਅਤੇ ਸਭ ਸੰਗਤਾਂ ਨੂੰ ਇਹੀ ਕਹਿੰਦਾ ਕਿ ਗੁਰੂ ਘਰ ਸ਼ਾਂਤੀ ਬਣਾਈ ਰੱਖੋ, ਸ਼ਾਂਤੀ ਰਹੋ, ਸਾਰੀ ਜਗਤ ਸ਼ਾਂਤੀ ਵਰਤੇ ਅਤੇ ਦੇਖ ਤੇ ਫਤਿਹ, ਜਨਮ ਦਾ ਨਾਸ ਹੋਵੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਬਾਬਾ ਜੀ, ਕੀ ਕਹਿਣਾ ਚਾਹੋਗੇ? ਅੱਜ ਗੁਰਪੁਰਬ ਸੀ, ਆਤਿਸ਼ਬਾਜ਼ੀ ਹੋਈ ਹੈ। ਅਸਪਰੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਨੇ, ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ। ਸੱਚੇ ਪਾਤਸ਼ਾਹ ਜੀ ਨੇ ਜ਼ਲਮ ਜ਼ੁਲਮ ਦੇ ਨਾਸ਼ ਕਰਕੇ ਸੱਚੇ ਪਾਤਸ਼ਾਹ ਦੇ ਸਰਬੱਤ ਦੇ ਭਲੇ ਵਾਸਤੇ ਇਹ ਖਾਲਸਾ ਪੰਥ ਦੀ ਨੀਂਹ ਪਰਸ ਰੱਖੀ। 1699 ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਅੰਮ੍ਰਿਤ ਛਕਾਇਆ ਗਿਆ ਅਤੇ ਅੱਜ ਦੇ ਦਿਨ ਸਰਬੱਤ ਸੰਗਤ ਵੱਲੋਂ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਰੇ ਨਮਸਤਕ ਹੋਈਆਂ ਹਨ ਅਤੇ ਨਾਮ ਬਾਣੀ ਦੇ ਨਾਲ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ, ਖਾਲਸਾ ਪੰਥ ਅਤੇ ਦੇਸ਼ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਹੈ ਜੀ। ਸਰਬੱਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ, ਮੇਰੇ ਦਾਦੇ ਦੀ, ਜਿਹਨੇ ਸਾਰੀ ਦੁਨੀਆ ਉੱਤੇ ਕਮਾਲ ਕਰ ਦਿੱਤੀ ਆ। ਮੈਂ ਸਾਰੀਆਂ ਸੰਗਤਾਂ ਨੂੰ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਅਤੇ ਗੁਰੂ ਦੀ ਚੜ੍ਹਦੀ ਕਲਾ ਹਾਸਲ ਕਰੋ। ਇਸ ਤੋਂ ਵੱਡਾ ਕੋਈ ਕੰਮ ਨਹੀਂ ਜੇ, ਇਸ ਤੋਂ ਵੱਡਾ ਕੋਈ ਹੋਰ ਨੇਮ ਨਹੀਂ ਜੇ। ਗੁਰੂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸੱਚੇ ਪਾਤਸ਼ਾਹ ਬੇਅੰਤ ਦਾਤੇ ਆ, ਜਿਹਨੇ ਬੇਅੰਤ ਸੰਗਤਾਂ ਨੂੰ ਤਾਰਿਆ। ਕਿਸੇ ਨਾਲ ਕੋਈ ਨਿਰਭਾਉ ਨਿਰਵੈਰ, ਅਕਾਲ ਮੂਰਤ ਐਜੁਨੀ ਸਾਹਿਬਾਂ ਗੁਰਪ੍ਰਸਾਦ। ਧੰਨ ਧੰਨ ਗੁਰਾਮਦਾਸ, ਸੱਚੇ ਪਾਤਸ਼ਾਹ ਦੇ ਦਰ 'ਤੇ ਖਲੋ ਕੇ ਇਹ ਗੱਲ ਕਹਿੰਦੇ ਹਾਂ ਵੀ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋ ਜਾਏਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਕਿਸੇ ਗੱਲ ਦੀ ਥੋੜ੍ਹ ਨਹੀਂ ਰਹਿਣ ਦੇਣਗੇ, ਉਹਦੇ ਭੰਡਾਰੇ ਭਰ ਦੇਣਗੇ, ਉਹਦੀਆਂ ਚੜ੍ਹਦੀਆਂ ਕਲਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨਾਮ ਦੱਸ ਦਿਓ। ਬਲਵਿੰਦਰ ਸਿੰਘ ਜੀ।